ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦੇਖ ਰਹੇ ਹਾਂ ਕਿ ਕਿੰਨਾ ਵਿਸ਼ਾਲ ਇਕੱਠ ਸੰਤ ਮਹਾਂਪੁਰਖ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ, ਜੋ ਕਿ ਪਿਛਲੇ ਕੁਛ ਦਿਨਾਂ ਤੋਂ ਅਸਵਸਥ ਚੱਲਦੇ ਹੋਏ ਗੁਰਚਰਨਾਂ 'ਚ ਜਾ ਵਿਰਾਜੇ ਸਨ, ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅੰਤਿਮ ਅਰਦਾਸ ਵਿੱਚ ਬਹੁਤ ਸੰਗਤਾਂ ਸ਼ਾਮਿਲ ਹੋਈਆਂ। ਸੰਗਤਾਂ ਦਾ ਵਿਸ਼ਾਲ ਇਕੱਠ ਜਿੰਦੀ ਕੋਈ ਗਿਣਤੀ ਨਹੀਂ ਹੈ। ਬਾਬਾ ਜੀ ਨੇ ਬਹੁਤ ਸੇਵਾਵਾਂ ਕੀਤੀਆਂ ਜਿਹਦੇ ਕੋਈ ਵਰਣਨ ਨਹੀਂ ਹੈ। ਕਈ ਪੁੱਲ ਬਣਾਏ, ਐਸੇ ਐਸੇ ਪੁੱਲ ਬਣਾਏ, ਯੂਪੀ 'ਚ ਬਿਜਨੌਰ ਹਲਕੇ ਵਿੱਚ ਇੱਕ ਪੁੱਲ ਐਸਾ ਬਣਾਇਆ ਜਿਹੜਾ ਸੰਗਤਾਂ ਨੂੰ 25 ਕਿਲੋਮੀਟਰ ਵਲੇਵਾਂ ਪਾ ਕੇ ਆਉਣਾ ਪੈਂਦਾ ਸੀ, ਬਾਬਾ ਜੀ ਦੀ ਕਿਰਪਾ। ਸੋ ਹੁਣ ਬਾਬਾ ਅਮਰੀਕ ਸਿੰਘ ਜੀ ਜੋ ਕਾਰ ਸੇਵਾ ਪਟਿਆਲੇ ਵਾਲੇ ਹਨ, ਹੁਣ ਸੇਵਾ ਸੰਭਾਲੀ ਉਹਨਾਂ ਨੇ। ਹੁਣ ਬਾਬਾ ਜੀ ਤੋਂ ਆਪਾਂ ਬਾਬਾ ਚਰਨ ਸਿੰਘ ਜੀ ਜੋ ਇੰਨੀ ਸੇਵਾ ਕਰ ਗਏ, ਉਹਨਾਂ ਦੀ ਜੀਵਨੀ ਬਾਰੇ ਦੋ ਵਿਚਾਰ ਸਾਂਝੇ ਕਰਾਂਗੇ ਬਾਬਾ ਅਮਰੀਕ ਸਿੰਘ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਾਬਾ ਚਰਨ ਸਿੰਘ ਜੀ ਮਹਾਰਾਸ਼ਟਰ ਦੇ ਵਿੱਚ ਗੋਦਾਵਰੀ ਦਾ ਪੁੱਲ ਬਣਾਇਆ, ਠੀਕ ਮਾਲ ਠੀਕੇ ਦੀਆਂ ਸੜਕਾਂ, ਰਤਨਾ ਪਾਣੀ ਦੀਆਂ ਸੜਕਾਂ, ਫਿਰ ਮਾਲ ਠੀਕ ਜਿਹੜਾ ਮਾਤਾ ਸਾਹਿਬ ਕੌਰ ਦਾ ਗੁਰਦੁਆਰਾ ਉਹ ਮਹਾਰਾਜ ਦਾ ਉਹਨਾਂ ਬਣਾਇਆ, ਅਤੇ ਇੰਨੀਆਂ ਸੇਵਾ ਕੀਤੀਆਂ ਪੰਜਾਬ ਦੇ ਵਿੱਚ ਵੀ। 5 ਸਰੋਵਰ ਅੰਮ੍ਰਿਤਸਰ ਦੇ, ਕੌਲ ਸਰ, ਰਾਮ ਸਰ, ਸੰਤੋਖ ਸਰ, ਹਰਿਮੰਦਰ ਸਾਹਿਬ ਦਾ, ਇਹ ਸਾਰੇ ਉਹਨਾਂ ਸਰੋਵਰਾਂ ਦੀਆਂ ਕਾਰ ਸੇਵਾ ਕਰਾਈਆਂ, ਅਤੇ ਪੌੜਾਂ ਦੇ ਬੱਦੀ ਪਾਈ। ਹਰਿਮੰਦਰ ਸਾਹਿਬ ਦੇ ਮੰਦਰ ਜਿਹੜਾ ਪੁੱਲ ਆਉਂਦਾ ਹੈ, ਉਹਨਾਂ ਦੀਆਂ ਡਾਟਾਂ 'ਚ ਸਰੀਆ ਬੰਨ੍ਹ ਕੇ ਬੱਜਰੀ ਪਾਈ, ਉਹਨਾਂ 'ਚ 2-2 ਫੁੱਟ ਨਾਮ ਵੀ ਜਪਣਾ, ਅਤੇ ਆਪ ਵੀ ਸੇਵਾ ਕਰਦੇ ਹਨ, ਕਰਾਉਂਦੇ ਹਨ। ਸਾਰੀ ਦਿਹਾੜੀ ਸੇਵਾ ਕਰਨੀ, ਰਾਤ ਨੂੰ ਉਹਨਾਂ ਪਹਿਲਾਂ ਵੀ ਦੇਣਾ। ਉਹ ਜਦੋਂ ਸੰਗਤਾਂ ਸੌਂ ਜਾਂਦੀਆਂ ਹਨ, ਉਦੋਂ 1/2 ਘੰਟਾ ਬਾਅਦ ਆਉਂਦੇ ਹਨ। ਜਦੋਂ ਸੰਗਤਾਂ ਉੱਠਣਾ ਹੁੰਦਾ, 1/2 ਘੰਟਾ ਪਹਿਲਾਂ ਜਾ ਕੇ ਉਹਨਾਂ ਆਪਣੇ ਪਹਿਰੇ ਦੇ ਖਲੋ ਜਾਣਾ। ਬਾਬੇ ਅਜੀਤ ਸਿੰਘ ਦਾ ਅਤੇ ਬਾਬੇ ਦਲੀਪ ਸਿੰਘ ਦਾ ਬੜਾ ਬਚਨ ਮੰਨਿਆ ਸਰ, ਕਿ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੋ ਉਹਨਾਂ ਨਾਮ ਜਪਿਆ, ਸੇਵਾ ਕਰਾਈ, ਅਤੇ ਬਹੁਤ ਸੰਗਤਾਂ ਦੀ ਇਕੱਠ ਇੰਨਾ ਸੀ, ਉਹਨਾਂ ਕੋਈ ਜੀਅ ਹੋਣਾ ਜਿਹੜਾ ਹਰਿਆਣਾ 'ਚੋਂ ਨਹੀਂ ਆਇਆ ਹੋਣਾ, ਕਿਉਂ ਸਾਰੇ ਥਾਂ ਉਹਨਾਂ ਸੇਵਾ ਕਰਾਈਆਂ, ਇੱਥੇ ਵੀ ਕੁਰਕਸ਼ੇਤਰ ਵਿੱਚ ਵੀ, ਡਿਉਡੀ ਸਾਹਿਬ, ਚਿੰਤਵਗੜ੍ਹ ਸਾਹਿਬ, ਸਪਲਾਣੀ, ਅਤੇ ਆਪਣਾ ਹੋਰ ਇੱਥੇ 5-6 ਥਾਂ ਹੋਰ ਵੀ ਗੁਰਦੁਆਰੇ ਉਹਨਾਂ ਸੇਵਾ ਕਰਾਈ, ਉਹਨਾਂ ਨਾਮ ਵੀ ਜਪਿਆ, ਸੇਵਾ ਵੀ ਕੀਤੀ ਸਰ, ਕਿ ਦਸ ਕੋਈ ਵੱਧ ਘੱਟ ਬੋਲਿਆ ਹੋਇਆ ਮਾਫ਼ੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।